ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 15 ਸਤੰਬਰ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਪੂਰੀ ਰਾਤ ਤੇ ਕੱਲ 16 ਸਤੰਬਰ ਦੀ ਸਵੇਰ ਤੱਕ ਪੰਜਾਬ ਦੇ ਮੌਸਮ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਉਂਕਿ ਅੱਜ ਰਾਤ ਦੇ ਸਮੇਂ ਸੰਗਣੀ ਬਦਲਵਾਈ ਨਾ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਤੇ ਮੀਂਹ ਪੈਣ ਦੇ आसार ਵੱਧ ਰਹੇ ਨੇ ਸੋ ਇਸ ਦੇ ਸੰਬੰਧੀ ਡਿਟੇਲ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤਾਂ ਜੋ ਜਾਣਕਾਰੀ ਤੁਹਾਨੂੰ ਸਹੀ ਰੂਪ ਵਿੱਚ ਮਿਲ ਸਕੇ ਸੋ ਪਹਿਲਾਂ ਗੱਲ ਕਰਦੇ ਹਾਂ ਸੈਟਲਾਈਟ ਤਸਵੀਰ ਦੇ ਆਧਾਰ ਤੇ ਇਸ ਸਮੇਂ ਪੰਜਾਬ ਦੇ ਜੋ ਪੱਛਮੀ ਇਲਾਕੇ ਹਨ ਉਹਨਾਂ ਇਲਾਕਿਆਂ ਵਿੱਚ ਕਾਫੀ ਸੰਘਣਵੀ ਬੱਦਲਵਾਈ ਬਣ ਰਹੀ ਹੈ ਤੇ ਨਾਲ ਹੀ ਜੋ ਰਾਜਸਥਾਨ ਦੇ ਇਲਾਕੇ ਹਨ ਤਾਂ ਉਹਨਾਂ ਇਲਾਕਿਆਂ ਵਿੱਚ ਅੱਜ ਸ਼ਾਮ ਦੇ ਸਮੇਂ ਤੋਂ ਹੀ ਬਰਸਾਤੀ ਗਤੀਵਿਧੀਆਂ ਜਾਰੀ ਨੇ ਜੋ ਇਲਾਕੇ ਪਾਕਿਸਤਾਨ ਵੱਲ ਪੈਂਦੇ ਨੇ ਰਾਜਸਥਾਨ ਦੇ ਤੇ ਇਹੀ ਬੱਦਲੀ ਸਿਸਟਮ ਅੱਜ ਰਾਤ ਦੇ ਸਮੇਂ ਪੰਜਾਬ ਵੱਲ ਆ ਰਿਹਾ ਹੈ ਜੋ ਜਿਸ ਦੇ ਕਾਰਨ ਅੱਜ ਤੁਹਾਨੂੰ ਦੇਰ ਸ਼ਾਮ ਤੋਂ ਲੈ ਕੇ ਲਗਭਗ 6-7 ਵਜੇ ਤੋਂ ਪੰਜਾਬ ਵਿੱਚ ਬੱਦਲਵਾਈ ਬਣਨੀ ਆਰੰਭ ਹੋ ਜਾਵੇਗੀ ਤੇ ਪੰਜਾਬ ਦੇ 50 ਤੋਂ ਲੈ ਕੇ 70% ਇਲਾਕਿਆਂ ਵਿੱਚ ਅੱਜ ਰਾਤ ਦੇ ਸਮੇਂ ਤੱਕ ਸੰਘਣੀ ਬੱਦਲਵਾਈ ਦੇਖੀ ਜਾ ਸਕਦੀ ਹੈ ਤੇ ਇਹ ਅਸਰ ਵਧ ਰਹੇ ਨੇ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਯਾਨੀ ਕਿ ਪੂਰੀ ਰਾਤ ਦੇ ਸਮੇਂ ਪੰਜਾਬ ਦੇ ਇਲਾਕਿਆਂ ਵਿੱਚ ਸੰਘਣੀ ਬੱਦਲਵਾਈ ਨਾਲ ਤੇਜ਼ ਹਵਾਵਾਂ ਕਈ ਇਲਾਕਿਆਂ ਵਿੱਚ ਚੱਲ ਸਕਦੀਆਂ ਨੇ ਤੇ ਨਾਲ ਕਈ ਇਲਾਕਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੀ ਬਰਸਾਤੀ ਗਤੀਵਿਧੀਆਂ ਹੋ ਸਕਦੀਆਂ ਨੇ ਤੇ ਇੱਕ ਦੋ ਸਾਨਾਂ ਤੇ ਹੋ ਸਕਦਾ ਹੈ ਕਿ ਤੇਜ਼ ਸ਼ਰਾਟੇਦਾਰ ਮੀਂਹ ਤੇਜ਼ ਹਵਾਵਾਂ ਨਾਲ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਇਸ ਦੇ ਵਿੱਚ ਜਿਹੜੇ ਪੰਜਾਬ ਦੇ ਮੇਨ ਤੌਰ ਤੇ ਦੱਖਣੀ ਅਤੇ ਪੱਛਮੀ ਇਲਾਕੇ ਹੋਣਗੇ ਉਹਨਾਂ ਇਲਾਕਿਆਂ ਵਿੱਚ ਅਜਿਹੀਆਂ ਗਤੀਵਿਧੀਆਂ ਹੋਣ ਦੇ आसार ਜ਼ਿਆਦਾ ਹੋਣਗੇ ਤੋਂ ਇਸ ਤੋਂ ਇਲਾਵਾ ਮੱਧ ਪੰਜਾਬ ਦੇ ਇਲਾਕਿਆਂ ਵਿੱਚ ਵੀ ਚੰਗੀਆਂ ਇਹ ਜਿਹੀਆਂ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਜਿਦੇ ਵਿੱਚ ਬੱਦਲਬਾਜ਼ੀ ਤੋਂ ਲੈ ਕੇ ਤੇਜ਼ ਹਵਾਵਾਂ ਮਾਂ ਤੇ ਕੁਝ ਭਾਗਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਤੇ ਪੰਜਾਬ ਦੇ ਜੋ ਪੂਰਬੀ ਅਤੇ ਤਰਾਈ ਇਲਾਕੇ ਹੋਣਗੇ ਤਾਂ ਉਹਨਾਂ ਇਲਾਕਿਆਂ ਵਿੱਚ ਹਾਲਾਂਕਿ ਥੋੜੀਆਂ ਜਿਹੀਆਂ ਗਤੀਵਿਧੀਆਂ ਮੌਸਮੀ ਅਜੇ ਰਾਤ ਦੇ ਸਮੇਂ ਘੱਟ ਹੋਣ ਦੇ आसार ਨੇ ਪਰ ਫਿਰ ਵੀ ਬੱਦਲਬਾਜ਼ੀ ਨਾਲ ਕੁਝ ਭਾਗਾਂ ਵਿੱਚ ਆਪਾਂ ਨੂੰ ਹਲਕੀ-ਫ ਸੋ ਜੇ ਕੁੱਲ ਮਿਲਾ ਕੇ ਕਹੀਏ ਤਾਂ ਅੱਜ ਦੇਰ ਸ਼ਾਮ ਤੋਂ ਲੈ ਕੇ ਪੂਰੀ ਰਾਤ ਦੇ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬੱਦਲਬਾਈ ਨਾਲ ਤੇਜ਼ ਹਵਾਵਾਂ ਕਈ ਭਾਗਾਂ ਵਿੱਚ ਚੱਲ ਸਕਦੀਆਂ ਨੇ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕੱਲ ਦੀ ਰਿਪੋਰਟ ਹੋਵੇਗੀ ਉਹ ਕੱਲ ਸਵੇਰ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਫਿਰ ਤੋਂ ਹਾਜ਼ਰ ਹੋ ਜਾਵਾਂਗੇ ਤੇ ਉਦੋਂ ਤੱਕ ਜੱਜਦੇ ਹੋ ਤੇ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਧੰਨਵਾਦ ਜੀ